ਸਲਾਮ ਅਲੈਕਮ ਸਭ ਭਰਾ ਦੋਸਤ ਠੀਕ ਠਾਕ ਨੇ ਵੀਰਾ ਜੀ। ਇੱਕ ਪਿੰਜਰਾ ਸੇਲ ਹੋ ਰਿਹਾ, ਦੋ ਕੁ ਪਿੰਜਰੇ ਮੈਂ ਭਰਾਵਾਂ ਨੂੰ ਜਰਾ ਦਿਖਾ ਦਈਏ। ਇਹਦੀ ਲੰਬਾਈ ਜੇ 11 ਫੁੱਟ ਪਾਈ ਜਾਣਾ ਉੱਤਰੇ ਪਿੰਜਰੇ ਦੀ, ਹਰਾ ਕਲਰ ਹੋਇਆ ਜੇ ਇਹਨਾਂ ਨੂੰ, ਤੇ ਜਾਲੀ ਜੂਲੀ ਠੀਕ ਹੀ ਆ, ਲੜਾਂ ਵੀ ਠੀਕ ਹੀ ਆ। ਇਹ ਇੱਕ ਹੀ ਸੀਜ਼ਨ ਹੀ ਰੱਖਿਆ ਸੀ ਉਹ ਭਾਈ ਹੋਣਾ ਨੇ, ਥੱਲੇ ਇੱਕ ਜਾਫਰੀ ਜੀ ਰੱਖ ਲੈਣੀ, ਬਾਕੀ ਇਹ ਚੁਕਾ ਦੇਣਾ। ਕਹਿੰਦਾ ਕਬੂਤਰ ਹੀ ਨਿਓਲਾ ਮਾਰ ਗਿਆ, ਜੋ ਸ਼ੌਂਕ ਹੀ ਛੱਡ ਦੇਣਾ। ਠੀਕ ਹੋ ਗਿਆ ਭਾਈ ਜੀ, 14 ਫੁੱਟ ਉੱਚਾ ਜੇ, 11 ਫੁੱਟ ਲੰਬਾਈ ਜੇ, ਅਤੇ 4 ਫੁੱਟ ਖੁੱਲ੍ਹਾ ਜੇ। ਠੀਕ ਹੋ ਗਿਆ, ਸ਼ੌਂਕ ਕਰ ਲਓ, ਦੇਖ ਲਓ ਮੇਰਾ ਭਰਾ ਜਿਹੜਾ ਲਾਗੇ ਹੋਰ ਕਰਕੇ ਤੁਹਾਨੂੰ ਲੜਾ ਲੁੜਾ ਦਿਖਾ ਦਿੰਦੇ ਹਾਂ, ਦੇਖ ਲਓ। ਜਾਲੀ ਵੀ ਹਲੇ ਸਾਫ਼ ਸੁਥਰੀ, ਹਰ ਸ਼ਾਇਦ ਕਲੀਅਰ ਆ। ਇਹ ਕਾਹ ਇਹ ਥੱਲੇ ਪਿਆ, ਆ ਸਭ ਕੁਛ ਨਾਲ ਹੀ ਕਹਿੰਦੇ ਦੇਣਾ, ਸੋਟੀਆਂ ਬਾਂਸ ਸਭ ਕੁਛ ਨਾਲ ਨੂਰ ਹੀ ਦੇ ਦੇਣਾ ਜਿਹਦੇ ਭਰਾ ਨੂੰ। ਇਹ ਕਾਹ ਥੱਲੇ ਜੇ ਪਿੰਜਰਾ, ਇਹ 8 ਫੁੱਟ ਉੱਚਾ ਤੇ 14 ਫੁੱਟ ਲੰਮਾ ਜੇ, ਚੜਾਈ ਵੀ ਵਾਹਵਾ ਹੀ ਆ ਇਹਦੀ। ਇਹ 2 ਪਿੰਜਰੇ ਆ ਜੇ ਇਹਦੇ ਭਰਾ ਨੂੰ ਚਾਹੀਦੇ ਹੋਣ, 0302-7760-650 ਇਸ ਨੰਬਰ 'ਤੇ ਰਾਬਤਾ ਕਰ ਸਕਦੇ ਭਾਈ ਜਾਨ। ਇਹਦੇ 'ਤੇ ਕਾਲ ਹੀ ਕਰਨੀ ਪੈਣੀ, ਵਟਸਐਪ ਪਤਾ ਨਹੀਂ ਭਾਈ ਉਹਨਾਂ ਦੀ ਬਣੀ ਕਿ ਨਹੀਂ, ਵਟਸਐਪ ਵੀ ਇਸੇ ਨੰਬਰ 'ਤੇ ਬਣੀ ਜੇ, 0302-7760-650 ਇਸ ਨੰਬਰ 'ਤੇ ਵਟਸਐਪ 'ਤੇ ਜਾਂ ਕਾਲ ਕਰ ਸਕਦੇ। ਉਸੇ ਭਾਈ ਦਾ ਨੰਬਰ ਆ ਜਿਹਦੇ ਕੋਲ ਪੇ ਆ, ਇਹ ਇਲਾਕਾ ਸੀ ਉਹਦਾ, ਸ਼ੌਂਕ ਮਾਸ਼ਾਅੱਲਾ ਅੱਛਾ ਸੀ, ਕਬੂਤਰ ਨੇ ਓਲੇ ਮਾਰ ਗਿਆ। ਇਹ ਨਾਲ ਹੀ TNT ਕਾਨੂੰਨੀ ਜੇ ਨਵੀਂ ਬਣੀ। ਠੀਕ ਹੋ ਗਿਆ, ਇਸ ਨੰਬਰ 'ਤੇ ਰਾਬਤਾ ਕਰਕੇ ਭਾਈ ਉਹਨਾਂ ਕੋਲ ਡਰੈਸ ਸਮਝ ਕੇ, ਜਿਹੜੇ ਭਰਾ ਨੂੰ ਨਾ ਪਤਾ ਲੱਗੇ ਉਹ ਡਰੈਸ ਸਮਝ ਕੇ ਆਏ, 225 ਮਲਖਾਂ ਵਾਲਾ ਸ਼ਾਹਦ ਵੈਸ ਦੇ ਡੇਰੇ 'ਤੇ ਪਏ ਜੇ ਭਾਈ ਜਾਨੇ। ਠੀਕ ਹੋ ਗਿਆ ਮੇਰਾ ਭਰਾ, ਵੇਖ ਲਓ ਪਿੰਜਰਾ ਬਿਲਕੁਲ ਨਵੇਂ ਹੀ ਪਿੰਜਰੇ ਵਾਲੇ ਬਣਾ ਕੇ ਭਾਈ ਉਹਨਾਂ ਨੇ, ਸਾਲ ਕੀ ਹੋਇਆ ਰੱਖੇ ਸੀ, ਅਤੇ ਕਬੂਤਰ ਨੇ ਓਲਾ ਮਾਰ ਗਿਆ। ਠੀਕ ਹੋ ਗਿਆ ਭਾਈ ਜਾਨ, ਓਕੇ, ਅੱਲਾ ਹਾਫਿਜ਼।